ਪਾਪੇ ਨੂੰ ਵਸਾਇਆ। ਉਸ ਤੋਂ ਬਾਅਦ ਗੱਗੋ ਮਾਲ, ਗੱਗੋ ਮਾਲ ਉੱਥੋਂ ਚਲੇ ਗਏ, ਉੱਥੇ ਜਾ ਕੇ ਵਸ ਗਏ ਗੱਗੋ ਮਾਲ। ਗੱਗੋ ਮਾਲ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ। ਸਾਡੇ ਮਹਾਨ ਯੁਗ ਪੁਰਸ਼ ਮਹਾਨ ਜਰਨੈਲ ਬਿਰਤਾ ਬਾਦਸ਼ਾਹ ਸਾਹਿਬ ਕਾਂਸ਼ੀ ਰਾਮ ਜੀ ਨੇ ਸਾਨੂੰ ਉਸ ਨਗਰ ਦੇ ਦਰਸ਼ਨ ਕਰਾਏ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਅਸੀਂ ਨਾ ਕਿਸੇ ਨੂੰ ਵੀ ਨਹੀਂ ਜਾਣਦੇ, ਮੇਰੇ ਖਿਆਲ ਪਹਿਲੀ ਵਾਰ ਉੱਥੇ ਅਸੀਂ ਮਨਾ ਰਹੇ ਹਾਂ ਇਹਨਾਂ ਦਾ ਸ਼ਹੀਦੀ ਪੁਰਬ। ਦੂਜੀ ਵਾਰੀ ਧੰਨ ਧੰਨ ਯੋਗ ਦੂਜੀ ਵਾਰੀ, ਲੇਕਿਨ ਸਮਾਜ ਨੇ ਇਹਨਾਂ ਨੂੰ ਭੁਲਾਇਆ ਹੋਇਆ ਸੀ, ਆਪਣੇ ਨਾਇਕਾਂ ਨੂੰ, ਆਪਣੇ ਮਹਾਨ ਯੋਧਿਆਂ ਨੂੰ ਭੁਲਾਇਆ ਹੋਇਆ। ਇਸ ਮਹਾਨ ਪੁਰਸ਼ ਨੇ ਸਾਹਿਬ ਕਾਂਸ਼ੀ ਰਾਮ ਨੇ ਸਾਨੂੰ ਯਾਦ ਕਰਵਾਇਆ ਸਾਡਾ ਇਤਿਹਾਸ, ਮਾਣ ਮੱਤਾ ਇਤਿਹਾਸ। ਉਹਨਾਂ ਨੇ ਸਾਨੂੰ ਯਾਦ ਕਰਵਾਇਆ ਜਿਨ੍ਹਾਂ ਦੇ ਅਸੀਂ ਨਾਮ ਹੀ ਨਹੀਂ ਸਾਂ ਜਾਣਦੇ। ਗੱਗੋ ਮਾਲ ਤੋਂ ਸੀਰੀ ਮਾਰਚ ਸ਼ੁਰੂ ਕੀਤਾ ਆਨੰਦਪੁਰ ਸਾਹਿਬ ਵਾਸਤੇ ਸਾਹਿਬ ਕਾਂਸ਼ੀ ਰਾਮ ਨੇ, ਉਹਦੇ ਨਾਲ ਅਸੀਂ ਗਏ। ਬਹੁਤ ਵੱਡਾ ਨਗਰ ਕੀਰਤਨ, ਬਹੁਤ ਵੱਡਾ ਕਾਫਲਾ ਗੱਗੋ ਮਾਲ ਤੋਂ ਸ਼ੁਰੂ ਕਰਕੇ ਸ੍ਰੀ ਅਨੰਦਪੁਰ ਸਾਹਿਬ ਗਏ ਤਾਂ ਉੱਥੇ ਜਾ ਕੇ ਇਸ ਮਹਾਨ ਯੋਧੇ ਦਾ ਕੋਈ ਅਸਥਾਨ ਨਹੀਂ ਸੀ ਅਨੰਦਪੁਰ ਸਾਹਿਬ ਦੇ ਵਿੱਚ, ਜਿੱਥੇ ਇਤਿਹਾਸ ਤੁਹਾਨੂੰ ਕਵੀ ਸਾਹਿਬ ਨੇ ਵੀ ਦੱਸਿਆ ਹੈ ਵੀ ਉੱਥੋਂ ਮਹਾਰਾਜ ਦਾ ਸੀਸ ਲੈ ਕੇ ਆਏ, ਪਰ ਉੱਥੇ ਉਹਨਾਂ ਦਾ ਕੋਈ ਅਸਥਾਨ ਨਹੀਂ। ਉੱਥੇ ਸਾਹਿਬ ਕਾਂਸ਼ੀ ਰਾਮ ਜੀ ਨੇ 1 ਲੱਖ ਰੁਪਈਆ ਦੇ ਕੇ ਕਹਿਣ ਲੱਗੇ ਉਸ ਮਹਾਨ ਰਹਿਬਰ ਦਾ, ਉਸ ਮਹਾਨ ਸ਼ਹੀਦ ਦਾ ਇੱਥੇ ਗੁਰਦੁਆਰਾ ਬਣਨਾ ਚਾਹੀਦਾ। ਗੁਰਦੁਆਰਾ ਬਣਨਾ ਸ਼ੁਰੂ ਹੋਇਆ, ਲੇਕਿਨ ਬਹੁਤ ਸਾਰੀਆਂ ਔਕੜਾਂ। ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਉਸ ਵੇਲੇ ਟੋੜਾ ਸਾਹਿਬ ਸਨ, ਉਹਨਾਂ ਨੇ ਬਹੁਤ ਸਾਰੀਆਂ ਅੜਚਣਾਂ ਖੜੀਆਂ ਕਰ ਦਿੱਤੀਆਂ। ਉੱਥੇ ਇਸ ਵੇਲੇ ਜਿਹੜੀ ਸੇਵਾ ਕਰ ਰਹੇ ਨੇ ਬਾਬਾ ਬਲਕਾਰ ਸਿੰਘ ਜੀ, ਉਹਨਾਂ ਉੱਤੇ 13 ਕੇਸ ਬਣਾ ਦਿੱਤੇ। ਜਦੋਂ ਜਾ ਕੇ ਪੁੱਛਿਆ ਟੋੜਾ ਸਾਹਿਬ ਨੂੰ ਵੀ ਇਹਨਾਂ ਦਾ ਸਥਾਨ ਕਾਹਤੇ ਨਹੀਂ, ਬਾਕੀ ਸਾਰੇ ਸਥਾਨ ਬਣੇ, ਇਹਨਾਂ ਦਾ ਸਥਾਨ ਕਾਹਤੇ ਨਹੀਂ, ਤਾਂ ਉਹਨਾਂ ਦਾ ਅੱਗਿਓਂ ਜਵਾਬ ਸੀ, ਕਹਿਣ ਲੱਗੇ ਫਿਰ ਸੰਗਤ ਵੰਡ ਹੁੰਦੀ ਹੈ, ਅਸੀਂ ਤੇ ਇੱਕ ਕੀਤੀ ਗੁਰੂ ਸਾਹਿਬ ਨੇ, ਸੰਗਤ ਵੰਡ ਹੁੰਦੀ ਹੈ। ਉਹਨਾਂ ਨੇ ਜਵਾਬ, ਅਸੀਂ ਕਿਹਾ ਜੀ ਸੰਗਤ ਵੰਡ ਨਹੀਂ ਹੁੰਦੀ, ਜੁੜਦੀ ਏ ਜੇਕਰ ਉਹ ਵੀ ਜਿਹੜੀ ਗੋਲਕ ਹੈ ਤੁਹਾਡੇ ਅੰਦਰੋਂ ਹੋਣੀ ਹੈ। ਜੇ ਉੱਥੇ ਬਾਬਾ ਜੀਵਨ ਸਿੰਘ ਦਾ ਅਸਥਾਨ ਬਣ ਜਾਏਗਾ, ਉੱਥੇ ਗੋਲਕ ਲੱਗਣੀ, ਉਹ ਵੀ ਤੁਹਾਡੇ ਅੰਦਰ ਏ, ਜਿਹੜੀ ਉੱਥੇ ਦਿਨ ਦਿਹਾਲ ਮਨਾਉਣਾ ਉਹ ਵੀ ਤੁਹਾਡੇ ਅੰਦਰ ਏ। ਪਰ ਸਾਡੀ ਗੱਲ ਨਹੀਂ ਸੁਣੀ ਗਈ, ਉਹਨਾਂ ਨੇ ਬੜੀਆਂ ਔਕੜਾਂ ਪਾਈਆਂ, ਪਹਾੜੀ ਦਾ ਪਾਣੀ ਲਿਆ ਕੇ
ਗੁਰਦੁਆਰਾ ਸਾਹਿਬ ਦੇ ਨਾਲ ਵੀ ਤੁਰਦਾ ਖਾਰਾ ਪੈ ਗਿਆ ਤਾਂ ਫਿਰ ਪਤਾ ਲੱਗਾ ਉੱਥੇ ਕਾਨਫਰੰਸ ਸੀ ਸਾਬਕਾ ਸ਼੍ਰਾਮ ਦੀ। ਉਹਨ ਸਾਰਿਆਂ ਨੂੰ ਹੁਕਮ ਕੀਤਾ ਇੱਕ ਇੱਕ ਪੱਥਰ ਚੱਕ ਕੇ ਲੱਖਾਂ ਪੱਥਰ ਨਾਲ ਲਾ ਦਿੱਤੇ ਢਾਲ ਬਣਾ ਦਿੱਤੀ। ਅੱਜ ਉੱਥੇ ਬਾਬਾ ਜੀਵਨ ਸਿੰਘ ਜੀ ਦਾ ਅਸਥਾਨ ਜਿਹੜਾ ਸਥਾਪਨ ਹੋ ਗਿਆ। ਅੱਜ ਹਜ਼ਾਰਾਂ ਲੋਕ ਜਾ ਕੇ ਉੱਥੇ ਦਰਸ਼ਨ ਕਰਦੇ ਨੇ। ਜਿਹਨਾਂ ਨੂੰ ਪਤਾ ਠੀਕ ਹੈ, ਜਿਹਨਾਂ ਨੂੰ ਨਹੀਂ ਪਤਾ ਜਦੋਂ ਵੀ ਅਨੰਦਪੁਰ ਸਾਹਿਬ ਜਾਓ ਬਾਬਾ ਜੀ ਦੇ ਜੀਵਨ ਅਸਥਾਨ ਤੇ ਜ਼ਰੂਰ ਨਮਸਕਾਰ ਕਰਕੇ ਆਉਣਾ। ਮੈਂ ਆਪ ਜੀ ਨਾਲ ਗੱਲ ਕਰ ਰਿਹਾ ਸਾਂ ਗੱਗੂ ਮਾਲ ਪਿੰਡ ਸਾਨੂੰ ਸਾਬਕਾ ਸ਼੍ਰੀ ਰਾਮ ਜੀ ਨੇ ਦਿਖਾਇਆ। ਉਸ ਤੋਂ ਬਾਅਦ ਬਾਬਾ ਗਿਆਨ ਨਾਥ ਜੀ ਸਾਹਿਬ ਕਾਂਸ਼ੀ ਰਾਮ ਨੇ ਬਾਬਾ ਗਿਆਨ ਨਾਥ ਦੇ ਨਾਲ ਪੱਗ ਪਟ ਭਰਾ ਬਣੇ। ਕਹਿਣ ਲੱਗੇ ਕਿਸੇ ਤਰ੍ਹਾਂ ਇਹ ਸਮਾਜ ਜੁੜ ਜਾਏ, ਇਹ ਸਮਾਜ ਜੁੜ ਜਾਏ ਕਿਉਂਕਿ ਸਾਡੇ ਇਸ ਮਹਾਨ ਜੋਧੇ ਬਾਬਾ ਜੀਵਨ ਸਿੰਘ, ਬਾਬਾ ਸੰਗਤ ਸਿੰਘ, ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਰਾਮਗੜੀਆ, ਸਰਦਾਰ ਮੱਸਾ ਸਿੰਘ ਰਾਮਗੜੀਆ, ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਜਨਰਲ ਜਿਨ੍ਹਾਂ ਨੇ ਸਿੱਖ ਕੌਮ ਲਈ ਕੁਰਬਾਨੀਆਂ ਕੀਤੀਆਂ ਲੇਕਿਨ ਅਣਗਹਿਲੀਆਂ ਕਰ ਦਿੱਤਾ, ਕੋਈ ਉਹਨਾਂ ਦੀ ਯਾਦ ਨਹੀਂ, ਕੋਈ ਇਤਿਹਾਸ ਵਿੱਚ ਨਾਮ ਨਹੀਂ।